ਐਡਵੋਕੇਟ ਜਤਿੰਦਰਪਾਲ ਚਹਿਲ ਬਠਿੰਡੇ ਤੋਂ ਕਿ ਬਰਸਾਤ ਆਉਣ ਵਾਲੀ ਹੈ ਜੀ ਤੁਸੀਂ ਜਿਹੜੇ ਜਿੱਥੋਂ ਹੜਾ ਆਉਂਦੇ ਨੇ ਉਹ ਤੁਸੀਂ ਏਰੀਆ ਦਾ ਪ੍ਰਬੰਧ ਕੀ ਕੀਤਾ ਹੋਇਆ ਅਸੀਂ ਕੱਚੇ ਬੋਰ ਕ੍ਰੀਏਟ ਵਾਟਰ ਗਰਾਊਂਡ ਵਾਟਰ ਡਿਸਚਾਰਜ ਵਗੈਰਾ ਤੁਸੀਂ ਇਹ ਕੁਝ ਦਾ ਪ੍ਰਬੰਧ ਕੀਤਾ ਦੇਖੋਗੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਹੈ ਕਿ ਅਸੀਂ ਆਪਣੇ ਬੰਦਿਆਂ ਨੂੰ ਮਜ਼ਬੂਤ ਕਰੀਏ ਸੂਏ ਦੇ ਬੰਦੇ ਹੋਣ ਜਾਂ ਨਦੀਆਂ ਦੇ ਬੰਦੇ ਹੋਣ ਉਹ ਸਾਰੇ ਰਿਪੇਅਰ ਸਾਡੀ 2 ਕੁ ਮਹੀਨੇ ਤੋਂ ਚੱਲਦੀ ਹੈ ਪੈਸਾ ਅਲੋਕੇਸ਼ਨ ਅਸੀਂ ਕਰਤਾ ਸੀ ਔਰ ਵਾਇਗਰੁ ਕਰਿਆ ਕਿ ਇਹਦਾ ਹਾਲ ਨਾ ਹੋਏ ਜੋ ਪਿਛਲੇ ਸਾਲ ਹੋਇਆ ਸੀ ਪਿਛਲੇ ਸਾਲ ਵੀ ਮਰਮਤ ਹੋਈ ਸੀ ਐਤ ਕੀ ਵੀ ਅਸੀਂ ਕੀਤੀ ਹੈ ਪਿਛਲੇ ਸਾਲ ਪੱਕੀ ਮਰਮਤ ਸੀ ਸਿਰਫ ਪਾਣੀ ਨਹੀਂ ਰੋਕਿਆ ਸੀ ਉਸ ਤੋਂ ਬਾਅਦ ਸਰਕਾਂ ਨੂੰ ਪੂਰਾ ਠੀਕ ਕੀਤਾ ਸੀ ਅਸੀਂ ਸੋ ਇਹ ਨਹੀਂ ਅਸੀਂ ਸਾਰਾ ਇਹ ਬਚਾ ਕਰ ਦਿੱਤਾ ਜਿੱਥੇ ਤੁਸੀਂ ਇੱਕ ਕਹਿ ਰਹੇ ਹੋ ਨਾ ਕਿ ਗਰਾਊਂਡ ਵਾਟਰ ਰੀਚਾਰਜ ਗਰਾਉਂਡ ਵਾਟਰ ਰੀਚਾਰਜ ਤਾਂ ਬੜਾ ਮੈਸਿਵ ਸਕੇਲ ਤੇ ਹੁੰਦਾ ਛੋਟੀਆਂ ਪਾਈਪਾਂ ਪਾ ਕੇ ਨਹੀਂ ਹੋ ਸਕ ਕਰ ਸਕਦਾ ਤੁਸੀਂ ਇਹਨੂੰ ਔਰ ਜਦੋਂ ਫਲੱਡ ਆਉਂਦਾ ਐ ਐਨੇ ਤਕੜੇ ਤਰੀਕੇ ਨਾਲ ਆਉਂਦਾ ਐ ਉਹ ਤਾਂ ਸਭ ਕੁਝ ਹੀ ਵਹਾ ਕੇ ਲੈ ਜਾਂਦਾ ਕੋਈ ਬੋਰ ਬੋਰ ਨਹੀਂ ਉੱਤੇ ਚੱਲਨੇ ਇਹ ਤਾਂ ਨਾਰਮਲੀ ਗਰਾਉਂਡ ਰੀਚਾਰਜ ਹੁੰਦੀ ਐ ਛੋਟੇ ਸੋਇਆ ਤੇ ਜਾਂ ਜਿਹੜੀ ਮੌਨਸੂਨ ਵਾਟਰ ਹੁੰਦੀ ਐ ਜਿਹੜੀ ਨੇਚਰਲ ਫਲੋ ਹੁੰਦੀ ਐ ਉਸ ਤੇ ਉੱਥੇ ਤੁਸੀਂ ਕਰ ਸਕਦੇ ਹੋ ਪਰ ਰਾਵੀ ਬਿਆਸ ਸਤਲਜ ਵਗੈਰਾ ਯਾਕਾ ਘਰਤੇ ਜਦੋਂ ਹੜਾ ਆਉਂਦਾ ਐ ਇੱਥੇ ਨਹੀਂ ਹੋ ਸਕਦੀ ਰੀਚਾਰਜ ਅ ਬਾਕੀ ਏਰੀਆਸ ਦਾ ਬਹੁਤ ਰੀਚਾਰਜ ਦਾ ਪ੍ਰਬੰਧ ਕੀਤਾ ਹੈ ਸਾਰਾ ਸਾਡਾ ਜੋ ਸ਼ਿਵਾਲਿਕ ਬੈਲਟ ਹੈ ਇੱਥੇ ਦਾ ਕਈ ਉਥੇ ਕੱਚੇ ਡੈਮਸ ਬਣਾ ਕੇ ਉਥੇ ਦੈਟਸ ਉਹ ਗਰਾਉਂਡ ਵਾਟਰ ਰੀਚਾਰਜ ਵਾਸਤੇ ਇਹ ਸਭ ਕੁਝ ਔਰ ਜਿੱਥੇ ਛੋਟੇ ਸੂਏ ਹੈ ਜਿੱਥੇ ਸੀਜ਼ਨਲ ਵਾਟਰ ਆਉਂਦੀ ਹੈ ਉਥੇ ਅਸੀਂ ਗਰਾਉਂਡ ਵਾਟਰ ਰੀਚਾਰਜ ਦੇ ਕਈ ਜਗ੍ਹਾ ਚ ਮੈਂ ਦੇਖਿਆ ਕਿ ਕੰਮ ਚੱਲ ਰਿਹਾ ਹੈ ਬਹਿੰਡਾ ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬਾਓ ਅਤੇ like row